ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਨੇ ਸਾਰੇ ਦੋਸਤਾਂ? ਠੀਕ ਠਾਕ ਨੇ? ਇਹ ਬਾਬਾ ਜੀ ਬੈਠੇ ਨੇ ਜੀ, ਅਤੇ ਇਹਨਾਂ ਨੂੰ ਸੁਬਹਾ ਦਿੱਤੀ ਸੀ ਦਵਾਈ, ਇੱਕ ਤਰ੍ਹਾਂ ਦਾ ਸੁਬਹਾ ਬਲੱਡ ਪ੍ਰੈਸ਼ਰ ਬਹੁਤ ਤੇਜ਼ ਸੀ, ਅਤੇ ਸੁਬਹਾ ਇਹਨਾਂ ਨੂੰ ਦਵਾਈ ਦਿੱਤੀ ਸੀ। ਹੋਰ ਬਾਬਾ ਜੀ ਹੁਣ ਠੀਕ ਹੈ ਮਾਸ਼ਾ ਅੱਲਾਹ? ਕੀ ਸੂਰਤ ਹਾਲ ਆ ਹੁਣ? ਠੀਕ ਠਾਕ ਮਾਸ਼ਾ ਅੱਲਾਹ। ਹੁਣ ਇੱਕ ਵਾਰੀ ਦੋਸਤੋ, ਸੁਬਹਾ ਇਹਨਾਂ ਦਾ ਬੀ ਪੀ ਮੈਂ ਚੈੱਕ ਕੀਤਾ ਸੀ 180 ਸੀਗਾ, ਯਾਨੀ ਕਿ ਉੱਪਰ ਵਾਲਾ ਠੀਕ ਹੋ ਗਿਆ। ਅਤੇ ਹੁਣ ਚੈੱਕ ਕਰਨੇ ਆ ਵੀ ਬੀ ਪੀ ਹੁਣ ਇਸ ਟਾਈਮ ਕੀ ਹੈ। ਸੁਬਹਾ ਹੁਣ ਸ਼ਾਮ ਦੇ ਤਕਰੀਬਨ 3-4 ਵਜੇ ਖੜ੍ਹੇ ਨੇ, ਠੀਕ ਹੋ ਗਿਆ। ਹੁਣ ਦੁਬਾਰਾ ਬੀ ਪੀ ਚੈੱਕ ਕਰਨੇ ਅਤੇ ਨਾਲੇ ਇਹਨਾਂ ਦੀ ਸਿਹਤ ਸੂਰਤ ਬਾਰੇ ਪੁੱਛਣੇ ਆ ਕੀ ਸੂਰਤ ਆ। ਲਿਆਓ ਜੀ ਇੱਧਰ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਹ ਦੋਸਤੋ ਡਿਜੀਟਲ ਮਸ਼ੀਨ ਹੈਗੀ ਹੈ, ਤੁਸੀਂ ਘਰੇ ਵੀ ਰੱਖ ਸਕਦੇ ਗੇ ਜੀ, ਠੀਕ ਹੋ ਗਿਆ। ਇੱਕ ਦਿਨ ਦਾ ਫਾਇਦਾ ਹੈਗਾ, ਤੁਸੀਂ ਦਿਨ ਚਾਹੋ ਜਦੋਂ ਮਰਜ਼ੀ ਚੈੱਕ ਕਰ ਸਕਦੇ ਜੇ। ਅਤੇ ਬੀ ਪੀ ਅਗਰ ਤੇਜ਼ ਹੋਵੇ ਅਤੇ ਦਵਾਈ ਲੈਣੀ ਹੈਗੀ ਹੈ ਘਰੇ ਆ, ਤਾਂ ਦੇਸੀ ਕੋਈ ਟੋਟਕਾ ਨਹੀਂ ਕਰਨਾ, ਗਲਤ ਗੇਂਦ 'ਚ ਰੱਖਣੀ ਹੈਗੀ, ਇਹਦੇ 'ਤੇ ਲਗਰਜ਼ੀ ਨਹੀਂ ਕਰਨੀ, ਕਿਉਂਕਿ ਬਲੱਡ ਪ੍ਰੈਸ਼ਰ ਤੇਜ਼ ਹੋਵੇਗਾ ਅਤੇ ਬਹੁਤ ਹੀ ਜ਼ਿਆਦਾ ਮਸਾਇਲ ਪੈਦਾ ਕਰੇਗਾ, ਠੀਕ ਹੋ ਗਿਆ। ਸਭ ਤੋਂ ਪਹਿਲੇ ਬੀ ਪੀ ਚੈੱਕ ਕਰਾ, ਉਸ ਤੋਂ ਬਾਅਦ ਜੋ ਡਾਕਟਰ ਕਹੇ ਉਸ ਹਿਸਾਬ ਦੀ ਮੈਡੀਸਨ ਖਾਓ। ਇਹ ਬੀ ਪੀ ਚੈੱਕ, ਇਹ ਮਸ਼ੀਨ ਐਟੋਮੈਟਿਕ ਹੈਗੀ ਹੈ, ਇਹ ਬੀ ਪੀ ਬਿਲਕੁਲ ਇੱਕ ਥਾਂ 'ਤੇ ਯਾਨੀ ਕਿ ਆਪ ਹੀ ਦੱਸ ਦੇਣਾ ਕਿੰਨਾ ਆਉਣਾ ਚੈੱਕ ਕਰਦਾ। ਉੱਪਰ ਲੈ ਗਿਆ 102, ਥੱਲੇ ਵਾਲਾ ਗਿਆ 66, ਠੀਕ ਹੋ ਗਿਆ। ਯਾਨੀ ਕਿ ਬਲੱਡ ਪ੍ਰੈਸ਼ਰ ਹੁਣ ਇਸ ਟਾਈਮ ਇਹਨਾਂ ਦਾ ਥੋੜ੍ਹਾ ਜਿਹਾ ਡਾਊਨ ਹੈ, ਠੀਕ ਹੋ ਗਿਆ। ਅਤੇ ਸੁਬਹਾ ਇਹਨਾਂ ਦਾ ਬਹੁਤ ਤੇਜ਼ ਸੀ, ਤਾਂ ਹੁਣ ਮਾਸ਼ਾਅੱਲਾ ਹੈਗਾ ਤਾਂ ਥੋੜ੍ਹਾ ਡਾਊਨ ਹੈ, ਪਰ ਤਬੀਅਤ ਨੇ ਠੀਕ ਹੈ, ਤਬੀਅਤ ਠੀਕ ਹੈ। ਹਾਂ ਠੀਕ ਹੈ, ਓਕੇ ਓਕੇ, ਡਨ ਡਨ ਕਰੀਏ। ਹਾਂ ਠੀਕ, ਚਲੋ। ਕੋਈ ਸਾਡੇ ਦੋਸਤਾਂ ਵਾਸਤੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਕਰ ਸਕਦਾ? ਨਹੀਂ ਬਸ ਠੀਕ ਹੈ ਮਾਸ਼ਾਅੱਲਾ। ਚਲੋ ਜੀ, ਅੱਲਾ ਖੈਰ ਕਰੇਗਾ ਇਨਸ਼ਾਅੱਲਾ। ਮਿਹਰਬਾਨੀ, ਬਲੱਡ ਪ੍ਰੈਸ਼ਰ ਚੈੱਕ ਕਰੋ, ਚੈੱਕ ਕਰਾ ਕੇ ਦਵਾਈ ਖਾਓ, ਓਕੇ ਹੋ ਗਿਆ।